ਜਿਹੜੀ ਸਾਰਿਆਂ ਨੇ ਉਡੀਕ ਕਰਦੇ ਸੀ ਉਹ ਦਿਹਾੜਾ ਆ ਗਿਆ। ਅੱਜ ਆਪਣਾ ਫਿਲਮ ਜੱਟਾ ਟੋਲੀ ਨਾਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ, ਅੱਜ ਆਪਾਂ ਪ੍ਰੀਮੀਅਰ ਤੇ ਖਲੋਤੇ ਹਾਂ। ਕਲਚਰ ਦੀਆਂ ਫਿਲਮਾਂ ਹੋਰ ਬਣਨੀਆਂ ਵੀ ਚਾਹੀਦੀਆਂ ਤੇ ਸਾਨੂੰ ਸਾਰਿਆਂ ਨੂੰ ਫਿਲਮਾਂ ਦੇਖਣੀਆਂ। ਮੈਂ ਜੁਝਾਰ ਸਿੰਘ ਦਾ ਸਿਰ ਆਪਣੇ ਸਾਹਮਣੇ ਚੁੱਕਿਆ ਹੋਇਆ ਦੇਖਣਾ ਚਾਹੁੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਤਕੇ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਸਿੱਖ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ, ਜਿਹਨੂੰ ਅੱਜ ਅਸੀਂ ਸਿੱਖ ਮਾਰਸ਼ਲ ਆਰਟ ਦੇ ਨਾਮ ਤੋਂ ਜਾਣਦੇ ਹਾਂ। ਹਾਂਜੀ, ਆਪਾਂ ਉਸ ਅੱਜ 5 ਜਨਵਰੀ ਜਿਹੜੀ ਸਾਰਿਆਂ ਨੇ ਉਡੀਕ ਕਰਦੇ ਸੀ ਉਹ ਦਿਹਾੜਾ ਆ ਗਿਆ। ਅੱਜ ਆਪਣਾ ਫਿਲਮ ਜੱਟਾ ਟੋਲੀ ਨਾਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ, ਅੱਜ ਆਪਾਂ ਪ੍ਰੀਮੀਅਰ ਤੇ ਖਲੋਤੇ ਹਾਂ। ਫਿਲਮ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ, ਜਿਵੇਂ ਤੁਹਾਨੂੰ ਅਸੀਂ ਦੱਸਿਆ ਐਕਸ਼ਨ ਦਾ ਪਾਰਟ ਜਿਹੜਾ ਉਹ ਗੱਤਕੇ ਤੋਂ ਆਉਂਦਾ, ਸਾਡੀ ਰਵਾਇਤੀ ਖੇਡਾਂ। ਜਿਹੜਾ ਇੱਕ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਬਹੁਤ ਪਿਆਰੀ ਜਿਹੀ ਕੈਮਿਸਟਰੀ, ਲਵ ਕੈਮਿਸਟਰੀ ਨੂੰ ਗੱਤਕੇ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਹਾਂ, ਤੁਹਾਡੇ ਮੂਹਰੇ ਇੱਕ ਇਹੋ ਜਿਹਾ ਟੌਪਿਕ ਲੈ ਕੇ ਆ ਸਕੀਏ ਜੋ ਬੜਾ ਕ੍ਰੀਏਟਿਵ ਹੋਵੇ, ਬੜਾ ਐਂਟਰਟੇਨਿੰਗ ਹੋਵੇ, ਨਾਲ ਦੇ ਨਾਲ ਇੱਕ ਤੁਹਾਨੂੰ ਕੋਈ ਨਾ ਕੋਈ ਮੈਸੇਜ ਵੀ ਦੇਵੇ ਤੇ ਤੁਹਾਨੂੰ ਗੱਤਕਾ ਸਿੱਖਣ ਵਾਸਤੇ ਇੰਸਪਾਇਰ ਵੀ ਕਰੇ। ਫਿਲਮ ਅਸੀਂ ਕਿੰਨੀ ਬਾਖੂਬੀ ਬਣਾਈ ਆ, ਕਿੰਨੇ ਕੁ ਵਧੀਆ ਤਰੀਕੇ ਨਾਲ ਅਸੀਂ ਉਹਦੇ ਸੀਨ ਪਰੋਏ ਆ, ਕਿੰਨੇ ਕੁ ਗਾਣੇ, 6 ਗਾਣੇ ਜਿਹੜੇ ਕਿੰਨੇ ਕੁ ਬਾਖੂਬੀ ਅਸੀਂ ਪਰੋਏ ਆ, ਤੁਹਾਨੂੰ ਹੁਣੀ ਬਸ ਕੁਝ ਮਿੰਟਾਂ ਦੇ ਵਿੱਚ ਪਤਾ ਲੱਗ ਜਾਣਾ। ਆਪਾਂ ਸਾਰੇ ਜਣੇ ਨੇ ਹੁਣ ਫਿਲਮ ਦੇਖਣੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਹਾਂ, ਓਪਨਲੀ ਕਹਿੰਦਾ ਵਾਂ, ਕਿਸੇ ਨੇ ਵੀ ਸਾਡਾ ਦਿਲ ਰੱਖਣ ਲਈ ਇਹ ਨਹੀਂ ਕਹਿਣਾ ਵੀ ਫਿਲਮ ਭਾਜੀ ਬਹੁਤ ਵਧੀਆ, ਭਾਜੀ ਤੁਸੀਂ ਤਾਂ ਕਮਾਲ ਕਰ ਛੱਡੀ ਹੈ। ਜੋ ਆਪ ਜੀ ਦੇ ਜੈਨੂਇਨ ਫੀਡਬੈਕ ਹੋਣ, ਓਪਨਲੀ ਕਹਿ ਰਹੇ ਹੋ ਸਭ ਦੇ ਸਾਹਮਣੇ, ਤੁਸੀਂ ਉਹੀ ਕਹਿਣੇ ਆ ਤੇ ਬਸ ਅਸੀਂ ਤੁਹਾਡਾ ਸਾਰੇ ਦਿਨ ਇੰਤਜ਼ਾਰ ਕਰਦੇ ਹਾਂ ਜੀ ਤੇ ਆਪਣੇ ਆਪਣੀ ਹੋਪ ਕਰਦੇ ਹਾਂ, ਆਸ਼ਾ ਕਰਦੇ ਹਾਂ ਤੁਹਾਨੂੰ ਸਾਡੇ ਕੀਤੇ ਐਫਰਟਸ ਤੁਹਾਨੂੰ ਪਸੰਦ ਆਉਣਗੇ ਜੀ। ਜੇ ਤੁਸੀਂ ਕੁਝ ਕੁਐਸਚਨ ਕਰਨਾ ਚਾਹੁੰਦੇ ਹੋ, ਸਾਰੇ ਜਣੇ ਖਲੋਤੇ ਤੁਹਾਡੇ ਕੋਲ ਹਾਜ਼ਰ ਹਾਂ ਜੀ, ਤੁਸੀਂ ਕਰ ਸਕਦੇ ਹੋ। ਜੀ ਭਾਜੀ, ਜਿਹੜਾ ਜਦੋਂ ਅਸੀਂ ਵੀ ਜਦੋਂ ਕੋਈ ਵੀ ਕੋਈ ਐਸਾ ਟੌਪਿਕ ਚੁਣਦੇ ਹਾਂ ਜਿਹੜਾ ਪਹਿਲਾਂ ਨਹੀਂ ਕੀਤਾ ਗਿਆ, ਉਹਦੇ ਲਈ ਪ੍ਰੈਪਰੇਸ਼ਨ ਕਰਨੀ ਲਾਜ਼ਮੀ ਤਾਂ ਹੈ ਹੀ ਹੈ, ਔਖੀ ਵੀ ਹੋ ਜਾਂਦੀ ਹੈ, ਕਿਉਂਕਿ ਜੇ ਇੰਡਸਟਰੀ ਦੇ ਵਿੱਚ ਉਹ ਚੀਜ਼ ਨਹੀਂ ਆਈ ਹੋਈ ਤਾਂ ਇੰਡਸਟਰੀ ਦੇ ਬੰਦਿਆਂ ਨੇ ਵੀ ਉਹੋ ਜਿਹੇ ਪ੍ਰੋਜੈਕਟ ਨਹੀਂ ਕੀਤੇ ਹੁੰਦੇ। ਲੇਕਿਨ ਸਾਡੀ ਜਿਹੜੀ ਫਿਲਮ ਹੈ ਉਹ ਗੱਤਕੇ ਦੇ ਆਧਾਰਿਤ ਆ। ਸਭ ਤੋਂ ਪਹਿਲੀ ਜਿਹੜੀ ਪਲੈਨਿੰਗ ਸਾਡੀ ਆਸਾਨ ਹੋਈ ਉਹ ਇਸੇ ਕਰਕੇ ਹੋਈ ਕਿ ਸਾਡੇ ਨਾਲ ਫਿਲਮ ਦੇ ਪ੍ਰੋਜੈਕਟ ਦੇ ਵਿੱਚ ਐਸ ਪ੍ਰੋਜੈਕਟ ਡਿਜ਼ਾਈਨਰ ਜਰਨੈਲ ਸਿੰਘ ਬਾਜੀ ਖਲੋਤੇ ਸੀ, ਜੇ ਮੇਰੇ ਨਾਲ ਮੌਜੂਦ ਵੀ ਨੇ, ਉਹ ਆਪ ਵੀ ਗੱਤਕੇ ਦੇ ਖਿਡਾਰੀ ਨੇ ਤੇ ਸਾਰੀ ਮਰਿਆਦਾ ਦੇ ਨਾਲ ਉਹ ਚੰਗੇ ਜਾਣੂ ਵੀ ਨੇ, ਔਰ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਪਹਿਚਾਣ ਦੀ ਜਿਹੜੀ ਹੈ ਉਹ ਮੁਹਤਾਜ ਨਹੀਂ ਹੈਗੇ। ਇਹਨਾਂ ਦੀ ਆਵਾਜ਼ ਜਿਹੜੀ ਹੈ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਜਰਨੈਲ ਸਿੰਘ ਜੀ ਦੀ ਆਵਾਜ਼ ਆ ਰਹੀ ਆ, ਤੇ ਸਾਨੂੰ ਦਿੱਕਤਾਂ ਜ਼ਰੂਰ ਆਈਆਂ ਇਸ ਸਟੋਰੀ ਦੇ ਕਨਸੈਪਟ ਤੋਂ ਲੈ ਕੇ ਇਹਨੂੰ ਸਿਨੇਮਾ ਘਰਾਂ ਤੱਕ ਲਿਆਉਣ ਤੱਕ, ਸਾਨੂੰ ਕਾਫੀ ਦਿੱਕਤਾਂ ਦਾ, ਕਾਫੀ ਰਿਜੈਕਸ਼ਨ ਦਾ, ਇੰਡਸਟਰੀ ਵੱਲੋਂ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਬਟ ਅਸੀਂ ਜਦੋਂ ਟ੍ਰੇਲਰ ਰਿਲੀਜ਼ ਕੀਤਾ ਸਾਨੂੰ ਉਸ ਵੇਲੇ ਇਸ ਗੱਲ ਦਾ ਪੱਕਾ ਅਹਿਸਾਸ ਹੋਇਆ, ਮਤਲਬ ਸਾਨੂੰ ਫੀਲਿੰਗ ਵੀ ਆਈ ਕਿ ਜਨਤਾ ਵੀ ਉਹ ਕੁਝ ਵੱਖਰਾ ਦੇਖਣਾ ਚਾਹੁੰਦੀ, ਜਨਤਾ ਸਾਡੇ ਨਾਲ ਖੜੀ ਆ, ਸਾਡੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੇ ਉਮੀਦ ਕਰਦੇ ਹਾਂ ਫਿਲਮ ਵੀ ਉਹਨਾਂ ਨੂੰ ਬਹੁਤ ਪਸੰਦ ਆਊਗੀ। ਅਸੀਂ ਸਾਰੇ ਬੜੇ ਹੋਪਫੁਲ ਹੋ ਗਏ ਹਾਂ ਜੀ ਟ੍ਰੇਲਰ ਤੋਂ ਬਾਅਦ ਜੀ। ਹਾਂਜੀ ਹਾਂਜੀ, ਕਰੋ ਕੁਐਸਚਨ। ਜਰਨੈਲ ਬਾਜੀ ਨੂੰ ਵੀ ਕੁਐਸਚਨ ਕਰ ਸਕਦੇ ਹੋ ਤੁਸੀਂ, ਜਰਨੈਲ ਬਾਜੀ ਦੀ ਅੱਜ ਭੂਮਿਕਾ ਬਹੁਤ ਵੱਡੀ ਰਹੀ ਹੈ।
ਦੇਖੋ ਗੱਤਕੇ ਦੇ ਵਿੱਚ ਜਦੋਂ ਪੈਸੇ ਦਾ ਮਤਲਬ ਇੰਨੀ ਜ਼ਿਆਦਾ ਇਹਨਾਂ 'ਚ ਸਿੱਖਣ ਦੀ ਸ਼ਕਤੀ ਹੈਗੀ ਆ ਬਹੁਤ ਕਮਾਲ ਦੀ, ਔਰ ਐਕਟ ਵੀ ਬਹੁਤ ਕਮਾਲ ਦਾ ਕੀਤਾ ਕਿਰਨ ਨੇ, ਔਰ ਸਾਰੀ ਟੀਮ ਜਿਹੜੀ ਹੈਗੀ ਆ ਉਹ ਇਸ ਗੱਲ ਦੀ ਮੁਬਾਰਕਬਾਦ ਦੀ ਹੱਕਦਾਰ ਆ। ਔਰ ਇਸ ਦੇ ਵਿੱਚ ਜਦੋਂ ਗੱਤਕਾ ਸਿਖਾਉਣਾ ਸ਼ੁਰੂ ਕੀਤਾ ਵਿਦਇਨ ਮਤਲਬ 10 ਕੁ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਸਿੱਖਿਆ। ਇਹਨਾਂ ਨੇ ਵੀ ਆਪਣਾ ਦੂਸਰਾ ਮੇਰਾ ਪੁੱਤਰ ਬਣਿਆ ਉਹ, ਅਤੇ ਇਹਨਾਂ ਸਾਰਿਆਂ ਨੇ ਔਰ ਬਹੁਤ ਵਧੀਆ ਔਰ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਇਸ ਚੀਜ਼ ਨੂੰ ਦਿਖਾਇਆ ਗਿਆ ਕਿ ਕਿਤੇ ਵੀ ਜਿਹੜੇ ਲਵ ਸੀਨਸ ਵੀ ਹੈਗੇ ਨੇ ਉਹਦੇ 'ਚ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਹਾਂ ਇਹ ਲਵ ਸੀਨਸ ਵੱਲੋਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਫਿਲਮਾਏ ਗਏ ਨੇ। ਕੋਈ ਜ਼ਿਆਦਾ ਇਹ ਨਹੀਂ ਦਿਖਾਇਆ ਗਿਆ ਕਿ ਜੋ ਅੱਜ ਦੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ। ਬਹੁਤ ਵਧੀਆ ਢੰਗ ਦੇ ਨਾਲ ਇੱਕ ਹੰਕਾਰ ਨੂੰ ਲਲਕਾਰਦੇ ਹੋਏ, ਹੰਕਾਰ ਨੂੰ ਤੋੜਦੇ ਹੋਏ, ਔਰ ਜਿਹੜੀ ਹੁੰਦੀ ਆ ਇੱਕ ਬਦੀ ਦੇ ਉੱਤੇ ਸੱਚਾਈ ਦੀ ਜਿੱਤ, ਉਹ ਬਹੁਤ ਵੱਡੀ ਗੱਲ ਦਿਖਾਈ ਆ। ਬਦਲਾਵ ਦਿਖਾਇਆ ਬੰਦੇ ਦੇ ਵਿੱਚ ਕਿੱਦਾਂ ਚੇਂਜਿੰਗਸ ਆਉਂਦੀਆਂ ਨੇ, ਔਰ ਇਹ ਫਿਲਮ ਆਉਣ ਵਾਲੇ ਜਿਹੜੇ ਇਹ ਫਿਲਮ ਦੇ ਨਾਲ ਨੌਜਵਾਨਾਂ ਨੂੰ ਬਹੁਤ ਕੁਛ ਸਿੱਖਣ ਨੂੰ ਔਰ ਬਹੁਤ ਸੇਧ ਮਿਲੇਗੀ, ਜਿਹਦੇ 'ਚ ਨੌਜਵਾਨ ਤਾਂ ਕਿ ਉਹ ਆਪਣੇ ਧਰਮ ਦੇ ਨਾਲ ਪ੍ਰਪੱਖ ਵੀ ਹੋ ਸਕਣ ਔਰ ਸ਼ਸਤਰ ਵਿੱਦਿਆ ਦੇ ਨਾਲ ਵੀ ਜੁੜ ਸਕਣ। ਬਹੁਤ ਵਧੀਆ ਕੰਸੈਪਟ ਲੈ ਕੇ ਆਏ ਆ, ਔਰ ਭੁਪਿੰਦਰ ਜੀ ਇਹਦੇ ਹੱਕ ਮਤਲਬ ਵਧਾਈ ਦੇ ਹੱਕਦਾਰ। ਹਾਂਜੀ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਅਤੇ ਮੈਂ ਮੀਡੀਆ ਨੂੰ ਇੱਥੇ ਆਉਣ 'ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਹਿੰਦੇ ਜੀ। ਸੋ ਇਹ ਜਿਹੜੀ ਫਿਲਮ ਆ ਇਹ ਕੰਪਲੀਟ ਇੰਟਰਟੇਨਮੈਂਟ ਪੈਕੇਜ ਆ, ਉਹਦੇ ਵਿੱਚ ਜਿਹੜਾ ਬਿਊਟੀ ਪਾਰਟ ਆ ਫਿਲਮ ਦਾ ਉਹ ਹੈਗਾ ਗੱਤਕਾ, ਜਿਹੜਾ ਕਿ ਪਹਿਲਾਂ ਕਦੀ ਇੱਡੇ ਵੱਡੇ ਲੈਵਲ 'ਤੇ ਨਹੀਂ ਦਿਖਾਇਆ ਗਿਆ। ਆਪਾਂ ਨਗਰ ਕੀਰਤਨ ਜਾਂ ਸਟੇਜਾਂ 'ਤੇ ਵੇਖਦੇ ਹਾਂ, ਤੁਸੀਂ ਵੇਖੋਗੇ ਤਾਂ ਫਿਲਮ ਇੱਕ ਬਹੁਤ ਕਮਾਲ ਦਾ ਮੈਸੇਜ ਵੀ ਦਿੰਦੀ ਆ ਜੋ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਮੇਰੀ ਇੰਨੀ ਬੇਨਤੀ ਹੈ ਮੀਡੀਆ ਦੇ ਜਿਹੜੇ ਸਾਰਿਆਂ ਸੱਜਣਾ ਮਿੱਤਰਾਂ ਨੂੰ, ਆਡੀਅੰਸ ਨੂੰ, ਕਿ ਫਿਲਮ ਵੇਖਣ ਜ਼ਰੂਰ ਆਓ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਤੇਜ ਸਿੰਘ। ਅੱਜ ਅਸੀਂ ਜੱਟਾ ਡੋਲੀਨਾ ਫਿਲਮ ਦੇ ਸਕਰੀਨਿੰਗ ਦੇ ਉੱਤੇ ਆਏ ਹਾਂ, ਬਹੁਤ ਹੀ ਵਧੀਆ ਲੱਗ ਰਿਹਾ। ਮੇਰੀ ਸਾਰੀ ਫਿਲਮ ਦੇ ਕਰੂ ਨੂੰ, ਸਾਰੀ ਟੀਮ ਨੂੰ ਬੈਸਟ ਵਿਸ਼ਸ, ਅਤੇ ਹੋਰ ਵੀ ਇੱਦਾਂ ਦੀਆਂ ਫਿਲਮਾਂ ਅੱਗੇ ਆਉਂਦੀਆਂ ਰਹਿਣ। ਧੰਨਵਾਦ। ਹਾਂਜੀ, ਸਾਡੀ ਨਵੰਬਰ ਦੇ ਵਿੱਚ ਫਿਲਮ ਆਈ ਸੀ ਕਰਤਾਰ ਸਿੰਘ ਸਰਾਭਾ ਜੀ ਦੇ ਉੱਤੇ, ਸਾਡੀ ਫਿਲਮ ਆਈ ਸੀ ਇੰਡੀਆ ਦੇ ਵਿੱਚ। ਹਾਲਾਂਕਿ ਉਹ ਹਫ਼ਤਾ ਡਿਲੇ ਹੋ ਗਈ ਸੈਂਸਰਸ਼ਿਪ ਦੇ ਇਸ਼ੂ ਕਰਕੇ, ਬਟ ਚਲੋ ਫਿਲਮ ਆਈ, ਬਾਹਰ ਵੀ ਲੋਕਾਂ ਨੇ ਬਹੁਤ ਪਿਆਰ ਕੀਤਾ, ਅਤੇ ਜਲਦੀ ਓ ਟੀ ਟੀ ਦੇ ਉੱਤੇ ਵੀ ਕਿਸੇ ਪਲੈਟਫਾਰਮ ਦੇ ਉੱਤੇ ਆ ਰਹੀ ਹੈ, ਉਹਦੇ ਬਾਰੇ ਵੀ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ, ਅਤੇ ਤੁਹਾਨੂੰ ਅਸੀਂ ਚਾਹਵਾਂਗੇ ਕਿ ਤੁਸੀਂ ਉਹਨੂੰ ਓ ਟੀ ਟੀ ਦੇ ਉੱਤੇ ਵੀ ਦੇਖੋ ਅਤੇ ਪਿਆਰ ਦਿਓ। ਸਾਡੀ ਕੌਮ ਨੇ ਇੰਨੇ ਪ੍ਰਾਪਤੀਆਂ ਕੀਤੀਆਂ ਨੇ, ਹਰ ਇੱਕ ਖਿੱਤੇ ਵਿੱਚ ਸਾਡੀ ਚੜ੍ਹਤ ਹੈ, ਤੇ ਉਹ ਚੜ੍ਹਤ ਦੇ ਪਿੱਛੇ ਜਿਹੜੇ ਸਾਡੇ ਸੈਕਰੀਫਾਈਸਿਸ ਰਹੇ ਨੇ ਜਾਂ ਜਿਹੜੀ ਸਾਡੀਆਂ ਸਟਰਗਲਸ ਰਹੀਆਂ ਨੇ, ਜਿਹੜੀ ਫਾਊਂਡੇਸ਼ਨ ਆ ਉਹਦੇ ਬਾਰੇ ਸਾਨੂੰ ਪਤਾ ਲੱਗਣਾ ਜਾਂ ਉਹਦੇ ਬਾਰੇ ਪੜ੍ਹਨਾ ਜਾਂ ਉਹਨੂੰ ਦੇਖਣਾ ਬਹੁਤ ਹੀ ਜ਼ਰੂਰੀ ਆ। ਤਾਂ ਮੈਂ ਬਿਲਕੁਲ ਕਹਿੰਦਾ ਕਿ ਸਾਨੂੰ ਸਾਡੇ ਕਲਚਰ ਦੀਆਂ ਫਿਲਮਾਂ ਹੋਰ ਬਣਨੀਆਂ ਵੀ ਚਾਹੀਦੀਆਂ, ਅਤੇ ਸਾਨੂੰ ਸਾਰਿਆਂ ਨੂੰ ਫਿਲਮਾਂ ਦੇਖਣੀਆਂ ਵੀ ਚਾਹੀਦੀਆਂ। ਨਹੀਂ ਬਿਲਕੁਲ, ਮੈਂ ਮੇਰੀ ਪਹਿਲਾਂ ਤੋਂ ਮਤਲਬ ਸ਼ੁਰੂ ਤੋਂ ਜਦੋਂ ਕੋਈ ਮੂਵੀ ਸਿਲੈਕਸ਼ਨ ਦੀ ਗੱਲ ਆਈ ਹੈ ਤਾਂ ਮੇਰੇ ਹਮੇਸ਼ਾ ਪਹਿਲ ਰਹੀ ਹੈ ਚੰਗੀ ਸਟੋਰੀ ਅਤੇ ਚੰਗਾ ਰੋਲ ਜਿਹਦੇ ਵਿੱਚ ਮੈਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲੇ। ਤਾਂ ਕੋਈ ਵੀ ਚੰਗੀ ਸਕ੍ਰਿਪਟ ਆਊਗੀ, ਚਾਹੇ ਕੋਈ ਵੀ ਓਨਰ ਦੀ ਹੋਵੇ, ਤਾਂ ਮੈਂ ਜ਼ਰੂਰ ਕੰਮ ਕਰਨਾ ਚਾਹੂੰਗਾ।
ਨਵੇਂ ਚਿਹਰਿਆਂ ਦਾ ਜੀ ਹਰ ਫੀਲਡ ਦੇ ਵਿੱਚ, ਭਾਵੇਂ ਉਹ ਫਿਲਮ ਇੰਡਸਟਰੀ ਹੈ ਭਾਵੇਂ ਕੋਈ ਵੀ ਹੋਰ ਇੰਡਸਟਰੀ ਹੈ, ਤਾਂ ਅੱਜ ਕੱਲ੍ਹ ਆਪਾਂ ਸਾਰੇ ਦੇਖ ਰਹੇ ਹਾਂ ਕਿ ਜਿਹੜੇ ਯੰਗਸਟਰਸ ਨੇ ਉਹ ਕਾਫੀ ਅੱਗੇ ਆ ਰਹੇ ਨੇ ਤੇ ਕਾਫੀ ਆਪਣੇ ਆਪ ਦਾ ਕੰਮ ਉਹਨਾਂ ਦਾ ਬਹੁਤ ਵਧੀਆ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਲੋਕੀ ਐਪਰੀਸ਼ੀਏਟ ਕਰ ਰਹੇ ਨੇ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਕਿਰਨਦੀਪ ਜੀ ਨੂੰ ਗੁੱਡ ਲੱਕ ਕਹਿਣਾ ਚਾਹੂੰਗਾ ਕਿ ਉਹਨਾਂ ਨੇ ਵੀ ਸਟਾਰਟ ਕੀਤਾ ਤਾਂ ਬਹੁਤ ਹੀ ਵਧੀਆ ਗੱਲ ਹੈ। ਤਾਂ ਆਈ ਹੋਪ ਬੈਸਟ ਆਫ ਲੱਕ, ਤੇ ਇਹ ਫਿਲਮ ਬਾਰੇ ਵੀ ਮੇਰੇ ਪੂਰੇ ਇਹਦੇ ਲਈ ਸਭ ਨੂੰ ਸ਼ੁਭਕਾਮਨਾਵਾਂ ਨੇ ਸਾਰੀ ਟੀਮ ਨੂੰ ਤੇ ਸਾਰਿਆਂ ਨੂੰ। ਥੈਂਕ ਯੂ। ਸਾਲ ਦੇ ਅੰਦਰ ਪਹਿਲੀ ਫਿਲਮ ਦਸਤਕ ਦੇ ਰਹੀ ਹੈ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ, ਔਰ ਆਪ ਸਭ ਦਾ ਬਹੁਤ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਆਪ ਸਭ ਨੇ ਬਹੁਤ ਮਿਹਨਤ ਕੀਤੀ ਇਸ ਫਿਲਮ ਨੂੰ ਲੋਕਾਂ ਤੱਕ ਦੱਸਣ ਵਾਸਤੇ ਕਿ ਵੀ ਇਹ ਫਿਲਮ ਜੱਟਾਂ ਡੋਲੀ ਦਾ ਇੱਕ ਵੱਖਰੇ ਕੰਸੈਪਟ ਦੇ ਨਾਲ ਨਵੇਂ ਸਾਲ ਦੇ ਵਿੱਚ ਪਹਿਲੇ ਹਫ਼ਤੇ 'ਚ ਪਹਿਲੀ ਫਿਲਮ ਆ ਰਹੀ ਹੈ। ਔਰ ਆਪਣੀ ਗੱਤਕਾ ਇੱਕ ਬਹੁਤ ਪੁਰਾਣੀ ਰਵਾਇਤ ਹੈ ਜਿਹੜੀ ਕਿ ਆਪਣੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਤਕੇ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਸਿੱਖ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ, ਜਿਹਨੂੰ ਅੱਜ ਅਸੀਂ ਸਿੱਖ ਮਾਰਸ਼ਲ ਆਰਟ ਦੇ ਨਾਂ ਤੋਂ ਜਾਣਦੇ ਹਾਂ। ਔਰ ਸਿੱਖ ਮਾਰਸ਼ਲ ਆਰਟ ਸਾਡੇ ਲਈ ਬੜੀ ਵੱਡੀ ਗੱਲ ਹੈ ਕਿ ਨੈਸ਼ਨਲ ਓਲੰਪਿਕ ਗੇਮ ਦੇ ਅੰਦਰ ਐਨਰੋਲ ਹੋ ਗਿਆ, ਅਤੇ ਜਿਹਦਾ ਪਹਿਲਾ ਹੀ ਪ੍ਰੋਗਰਾਮ 2023 ਅਕਤੂਬਰ ਦੇ ਅੰਦਰ ਕੀਤਾ ਗਿਆ ਹੈ, ਜਿੱਥੇ ਬਹੁਤ ਸਾਰੇ ਲੋਕਾਂ ਨੂੰ ਉਹਦੇ ਗੱਤਕਾ ਖੇਡਦੇ ਹੋਏ ਸਿਲਵਰ ਅਵਾਰਡ, ਗੋਲਡ ਮੈਡਲ ਉੱਥੇ ਮਿਲੇ ਨੇ, ਸਿਲਵਰ ਮੈਡਲ ਗੋਲਡ ਮੈਡਲ ਬਹੁਤ ਮਿਲੇ ਨੇ ਉੱਥੇ। ਗੱਤਕਾ ਹੁਣ ਆਮ ਖੇਡਾਂ ਵਾਂਗੂ ਜਿੱਦਾਂ ਦੂਜੀਆਂ ਖੇਡਾਂ ਖੇਡਦੇ ਹਾਂ ਅਸੀਂ, ਉਹ ਖੇਡਾਂ ਦੇ ਅੰਦਰ ਵੀ ਕੀ ਹੈ ਕਿ ਖਿਡਾਰੀਆਂ ਨੂੰ ਸਰਕਾਰ ਵੱਲੋਂ ਬਹੁਤ ਕੁਛ ਦਿੱਤਾ ਜਾਂਦਾ ਹੁੰਦਾ, ਅਤੇ ਗੱਤਕਾ ਆਪਣਾ ਜਿਹੜਾ ਵੀ ਹੁਣ ਖੇਡੇਗਾ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਕੁਛ ਦਿੱਤਾ ਜਾਏਗਾ, ਉਸੇ ਤਰ੍ਹਾਂ ਜਿਸ ਤਰ੍ਹਾਂ ਦੂਜੀਆਂ ਖੇਡਾਂ ਨੂੰ ਦਿੱਤਾ ਜਾਂਦਾ, ਜਿੱਦਾਂ ਕ੍ਰਿਕਟ ਹੋ ਗਈ, ਫੁੱਟਬਾਲ ਹੋ ਗਈ, ਵਾਲੀਬਾਲ ਹੋ ਗਈ, ਜਿੱਦਾਂ ਦੂਸਰੀਆਂ ਗੇਮਾਂ ਖੇਡਦੇ ਆ। ਅਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਫਿਲਮ ਜਗਤ ਦੇ ਅੰਦਰ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਕਿ ਆਪਣੇ ਧਾਰਮਿਕ, ਆਪਣੇ ਸੱਭਿਆਚਾਰ, ਆਪਣੇ ਕਲਚਰ, ਆਪਣੇ ਵਿਰਾਸਤ, ਇਹਨਾਂ ਚੀਜ਼ਾਂ ਨੂੰ ਅਸੀਂ ਫਿਲਮਾਂ ਦੇ ਰਾਹੀਂ ਅਸੀਂ ਪਰਦੇ ਦੇ ਉੱਤੇ ਦਿਖਾ ਰਹੇ ਹਾਂ, ਕਿਉਂਕਿ ਪਰਦੇ ਦੇ ਉੱਤੇ ਆਉਣ ਤੋਂ ਬਾਅਦ ਕੀ ਹੁੰਦਾ ਹੈ ਕਿ ਲੋਕ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਨੇ, ਕਿਉਂਕਿ ਉਹ ਸਾਨੂੰ ਇੱਕਦਮ ਮਿਊਜ਼ੀਕਲੀ ਔਰ ਜਦੋਂ ਅਸੀਂ ਪਿਕਚਰ ਨੂੰ ਦੇਖਦੇ ਹਾਂ ਉਹ ਚੀਜ਼ਾਂ ਸਾਡੇ 'ਤੇ ਦਿਮਾਗ 'ਤੇ ਅਟੈਕ ਕਰਦੀਆਂ ਨੇ ਉਹ ਚੀਜ਼ਾਂ, ਔਰ ਉਹਨਾਂ ਚੀਜ਼ਾਂ ਨੂੰ ਅਸੀਂ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹੈਗੇ। ਅਤੇ ਫਿਲਮ ਇੱਕ ਐਸਾ ਜ਼ਰੀਆ ਹੈ ਜਿਹੜੀ ਵੀ ਗੱਲ ਅਸੀਂ ਸਮਝਾਉਣੀ ਹੈ ਜਾਂ ਜਿਹੜੀ ਕਹਿਣੀ ਹੈ ਉਹ ਅਸੀਂ ਫਿਲਮਾਂ ਦੇ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਔਰ ਮੈਂ ਆਪ ਸਭ ਦਾ, ਮੀਡੀਆ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਪ ਸਭ ਨੇ ਅੱਜ ਇੱਥੇ ਆ ਕੇ ਇਸ ਖੁਸ਼ੀ ਨੂੰ ਹੋਰ ਦੁੱਗਣਾ ਕੀਤਾ ਜੀ। ਦੇਖੋ ਜੀ, ਮੈਂ ਇੱਕ ਚੀਜ਼ ਜਾਣਨਾ, ਦੁਨੀਆਂ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਹੁੰਦਾ ਤਰੀਕਾ ਬਣਾਉਣ ਵਾਲੇ, ਇੱਕ ਉਹਨਾਂ ਤਰੀਕਿਆਂ ਦੇ ਚੱਲਣ ਵਾਲੇ। ਹਜੇ ਤੱਕ ਇੰਡਸਟਰੀ ਦੇ ਅੰਦਰ ਉਹੀ ਚੀਜ਼ਾਂ ਚੱਲ ਰਹੀਆਂ ਨੇ ਜਿੱਦਾਂ ਹੁਣ ਕੋਮੇਡੀ, ਜਦੋਂ ਪਹਿਲੀ ਵਾਰੀ ਫਿਲਮ ਆਈ ਸੀ ਜਦੋਂ, ਤਾਂ ਕੋਮੇਡੀ ਵੱਲੇ ਸਾਰਿਆਂ ਦਾ ਰੁਝਾਨ ਹੋ ਗਿਆ ਸੀਗਾ। ਅਤੇ ਹਮੇਸ਼ਾ ਜ਼ਿੰਦਗੀ 'ਚ ਸਾਨੂੰ ਕੁਛ ਅਲੱਗ ਕਰਨ ਵਾਸਤੇ ਕੁਛ ਨਾ ਕੁਛ ਸਾਨੂੰ ਰਿਸਕ ਲੈਣਾ ਪੈਂਦਾ। ਅਗਰ ਅਸੀਂ ਰਿਸਕ ਲਵਾਂਗੇ ਨਹੀਂ ਨਾ, ਤਾਂ ਅਸੀਂ ਨਵੀਂ ਚੀਜ਼ ਨੂੰ ਇਨਰੋਲ ਹੀ ਨਹੀਂ ਕਰ ਪਾਵਾਂਗੇ। ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ
ਜਿੰਨੀਆਂ ਵੀ ਆਪਣੀਆਂ ਸਿੱਖ ਇਤਿਹਾਸ ਆਪਣਾ ਤੇ ਇਤਿਹਾਸ ਜਿਹੜਾ ਹੈ ਆਪਣਾ ਵਿਰਸਾ ਬਹੁਤ ਵੱਡਾ ਵਿਰਸਾ ਹੈਗਾ। ਅਸੀਂ ਜੇ ਇੱਕ ਪੇਜ ਨੂੰ ਫਰੋਲੀਏ ਨਾ ਉਹਦੇ ਤੇ ਕਈ ਫਿਲਮਾਂ ਬਣ ਸਕਦੀਆਂ ਹੈਗੀਆਂ। ਤੇ ਇਹ ਜਿਹੜੀ ਫਿਲਮ ਹੈ ਗੱਤਕੇ ਦੇ ਉੱਤੇ ਆ ਰਹੀ ਹੈ, ਗੱਤਕਾ ਆਪਣੀ ਸੈਲਫ ਡਿਫੈਂਸ ਵਾਸਤੇ ਗੱਤਕੇ ਨੂੰ ਦੇਖੋ ਘਰ 'ਚ ਕੋਈ ਵੀ ਅਗਰ ਮੰਨ ਲਓ ਸਾਡੇ ਤੇ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਸਭ ਤੋਂ ਪਹਿਲੇ ਸੋਟੀ ਚੁੱਕਦੇ ਹਾਂ ਤੇ ਗੁਰੂ ਸਾਹਿਬ ਨੇ ਆਪਣੇ ਸੋਟੀ ਦੇ ਨਾਲ ਹੀ ਆਪਣੀ ਰੱਖਿਆ ਕਰਨੀ ਤੇ ਦੂਜੇ ਦੇ ਕਿਸੇ ਦੇ ਉੱਤੇ ਮਜ਼ਲੂਮਾਂ ਦੇ ਉੱਤੇ ਕਿਤੇ ਮੁਸੀਬਤ ਆਈ ਹੋਵੇ ਤੇ ਉਹਦੀ ਵੀ ਰੱਖਿਆ ਕਰਨ ਵਾਸਤੇ ਉਹਨਾਂ ਨੇ ਸੋਟੀ ਦਾ ਸਹਾਰਾ ਲੈ ਕੇ ਗੱਤਕੇ ਦੀ ਰੂਪ ਰੇਖਾ ਦਿੱਤੀ। ਗੱਤਕਾ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਅਸੀਂ ਆਪਣੀ ਵੀ ਰੱਖਿਆ ਕਰ ਸਕਦੇ ਹਾਂ, ਦੂਜਿਆਂ ਦੀ ਵੀ ਰੱਖਿਆ ਕਰ ਸਕਦੇ ਹਾਂ। ਇਸ ਕਰਕੇ ਅਸੀਂ ਇਹਦੇ ਤੇ ਇੱਕ ਫਿਲਮ ਲੈ ਕੇ ਆਏ। ਜਦੋਂ ਕਿਸੇ ਨਵੇਂ ਚਿਹਰੇ ਨੇ ਇੰਡਸਟਰੀ ਦੇ ਵਿੱਚ ਕਦਮ ਰੱਖਣੇ ਹੁੰਦੇ ਨੇ ਜਾਂ ਕੋਈ ਫਿਲਮ ਤਿਆਰ ਕੀਤੀ ਜਾਂਦੀ ਹੈ ਤਾਂ ਉਸਨੂੰ ਸਿਨੇਮਾ ਘਰ 'ਚ ਲੱਗਣ ਨਹੀਂ ਦਿੱਤਾ ਜਾਂਦਾ, ਬੜੀਆਂ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ। ਤੁਹਾਨੂੰ ਤਾਂ ਨਹੀਂ ਕੋਈ ਇਹੋ ਜਿਹੀ ਮੁਸ਼ਕਲ ਫੇਸ ਕਰਨੀ ਪਈ? ਨਹੀਂ, ਸਾਨੂੰ ਦੇਖੋ ਇਸ ਤਰ੍ਹਾਂ ਹੈ ਜ਼ਿੰਦਗੀ ਦੇ ਅੰਦਰ, ਦੇਖੋ ਫਿਰ ਦੁਬਾਰਾ ਕਵਾਂਗਾ, ਜਦੋਂ ਵੀ ਤੁਸੀਂ ਕੋਈ ਚੰਗਾ ਕੰਮ ਕਰੋਗੇ ਤੁਹਾਡੇ ਨਾਲ ਦੋ ਕੰਮ ਜ਼ਰੂਰ ਹੋਣਗੇ। ਕਿਹੜੇ ਕਿਹੜੇ? ਲੋਕਾਂ ਦਾ ਕੰਮ ਰੋਕਣਾ ਤੇ ਟੋਕਣਾ ਸ਼ੁਰੂ ਹੋ ਜਾਏਗਾ। ਟੋਕਣਗੇ, ਰੋਕਣਗੇ ਵੀ, ਨਾ 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 ਐਵੇਂ ਨਾ ਕਰ, ਇਹ ਕਿਹੜੇ ਚੱਕਰਾਂ 'ਚ ਪਏ ਗਏ ਹੋ, ਇਹ ਕਹਿਣਗੇ ਸਾਰੇ। ਤੁਸੀਂ ਜ਼ਿੰਦਗੀ 'ਚ ਕੋਈ ਵੀ ਕੰਮ ਕਰ ਲਓ, ਖਾਲੀ ਇਹ ਨਹੀਂ ਕਿ ਅਸੀਂ ਫਿਲਮ ਬਣਾਈਏ ਇਹਦੇ 'ਤੇ ਗੱਲ ਕਰੀਏ। ਜ਼ਿੰਦਗੀ 'ਚ ਤੁਸੀਂ ਕੁਛ ਵੀ ਅੱਛਾ ਕਰੋਗੇ ਨਾ, ਚੰਗਾ ਕੰਮ ਕਰੋਗੇ, ਤੁਹਾਡੇ ਨਾਲ ਦੋ ਹੀ ਕੰਮ ਹੋਣਗੇ, ਲੋਕਾਂ ਦਾ ਕੰਮ ਰੋਕਣਾ ਔਰ ਟੋਕਣਾ ਸ਼ੁਰੂ ਹੋ ਜਾਂਦਾ ਵੇ। ਤੇ ਅਗਰ ਅਸੀਂ ਉਹਨਾਂ ਦੇ ਕੰਮ ਤੋਂ, ਉਹਨਾਂ ਦੀਆਂ ਗੱਲਾਂ ਤੋਂ ਰੁਕ ਗਏ ਜਾਂ ਉਹਨਾਂ ਨੇ ਜਿੱਦਾਂ ਹੀ ਟੋਕ ਲਗਾਤੀ ਅਸੀਂ ਰੁਕ ਗਏ, ਉੱਥੇ ਕੁਛ ਨਹੀਂ ਕਰਦੇ, ਅਸੀਂ ਜ਼ਿੰਦਗੀ 'ਚ ਕੁਛ ਨਵਾਂ ਨਹੀਂ ਕਰ ਪਾਵਾਂਗੇ। ਨਵਾਂ ਕਰਨ ਵਾਸਤੇ ਸਾਨੂੰ ਹਿੰਮਤ ਕਰਨੀ ਪੈਂਦੀ ਹੁੰਦੀ ਆ, ਔਰ ਬਿਨਾਂ ਹਿੰਮਤ ਤੋਂ ਅਸੀਂ ਕੁਛ ਨਹੀਂ ਕਰ ਸਕਦੇ। ਹਿੰਮਤ ਵਾਸਤੇ ਨਾਲ ਸਾਨੂੰ ਸਾਰਿਆਂ ਦੀ ਸਪੋਰਟ ਚਾਹੀਦੀ ਹੁੰਦੀ ਆ। ਅੱਜ ਅਸੀਂ ਇਸ ਫਿਲਮ ਲੈ ਕੇ ਆਏ ਹਾਂ, ਸਾਨੂੰ ਇੰਨਾ ਹੁੰਗਾਰਾ ਮਿਲਿਆ ਜਦੋਂ ਅਸੀਂ ਟ੍ਰੇਲਰ, ਜਦੋਂ ਹੀ ਰਿਲੀਜ਼ ਹੋਇਆ ਟ੍ਰੇਲਰ ਤੇ ਲੋਕਾਂ ਨੇ ਇੰਨੀ ਐਪਰੀਸ਼ੀਏਸ਼ਨ ਕੀਤੀ, ਸਾਨੂੰ ਇੰਨਾ ਮਤਲਬ ਕਿ ਸਪੋਰਟ ਕੀਤਾ। ਉਹਨਾਂ ਨੇ ਦੱਸਿਆ ਕਿ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਆਓ, ਔਰ ਮੇਰੀਆਂ ਜਿਹੜੀਆਂ ਪਿਛਲੀਆਂ ਫਿਲਮਾਂ ਵੇ ਉਹ ਵੀ ਇਸੇ ਤਰ੍ਹਾਂ ਹੀ ਬਹੁਤ ਕੁਝ ਦੱਸਦੀਆਂ ਨੇ। ਜਿੱਦਾਂ ਮੈਂ ਪਹਿਲੀ ਫਿਲਮ ਬਣਾਈ ਸੀ ਸੱਚੀ ਸੇਵਾ, ਉਹਦੇ 'ਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਸੱਚੀ ਸੇਵਾ ਕੀ ਹੁੰਦੀ ਹੈ। ਲੋਕ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਤਾਂ ਬਹੁਤ ਕਰਦੇ ਨੇ, ਪਰ ਘਰ 'ਚ ਆ ਕੇ ਆਪਣੇ ਮਾਂ ਬਾਪ ਨੂੰ ਬਦਤਮੀਜ਼ੀ ਨਾਲ ਬੋਲਦੇ ਨੇ। ਜਦੋਂ ਅਸੀਂ ਕਿਸੇ ਨਾਲ ਬਦਤਮੀਜ਼ੀ ਨਾਲ ਬੋਲਦੇ ਹਾਂ ਤਾਂ ਕੀ ਹੁੰਦਾ ਕਿ ਜਦੋਂ ਸਾਡੇ 'ਤੇ ਕੋਈ ਮੁਸੀਬਤ ਪਵੇ ਉਹ ਸਾਡਾ ਸਾਥ ਨਹੀਂ ਦਿੰਦੇ, ਪਰ ਮਾਂ ਬਾਪ ਐਸੇ ਸ਼ਖਸ ਹੁੰਦੇ ਨੇ ਅਗਰ ਸਾਡੇ 'ਤੇ ਮੁਸੀਬਤ ਪੈ ਜਾਵੇ ਉਹ ਆਪਣੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਬੱਚਿਆਂ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਕਰਦੇ ਨੇ। ਅਸਲ 'ਚ ਸੱਚੀ ਸੇਵਾ ਉਹੀ ਪ੍ਰਵਾਨ ਹੁੰਦੀ ਹੈ ਜਿਹੜੀ ਨਿਸਵਾਰਥ ਭਾਵਨਾ ਨਾਲ ਕੀਤੀ ਜਾਵੇ, ਜਿਸ 'ਚ ਕੋਈ ਦਿਖਾਵਾ ਨਾ ਹੋਵੇ। ਇਹ ਮੇਰੀ ਪਹਿਲੀ ਫਿਲਮ ਸੀ, ਇਹਦੇ ਤੋਂ ਮੈਨੂੰ ਇੰਨਾ ਚੰਗਾ ਹੁੰਗਾਰਾ ਮਿਲਿਆ, ਲੋਕਾਂ ਨੇ ਇੰਨਾ ਮੈਨੂੰ ਕਿਹਾ ਵੀ ਤੁਸੀਂ ਬਹੁਤ ਚੰਗੀ ਚੀਜ਼ ਦਿਖਾ ਰਹੇ ਹੋ। ਮੈਂ ਇੱਕ ਮੋਟੀਵੇਸ਼ਨਲ ਸਪੀਕਰ ਹਾਂ, ਲੋਕਾਂ ਨੂੰ ਮੋਟੀਵੇਟ ਕਰਨਾ, ਗਾਈਡ ਕਰਨਾ, ਐਜੂਕੇਟ ਕਰਨਾ ਇਹ ਮੇਰਾ ਸ਼ੌਂਕ ਹੈ, ਮੇਰਾ ਪੇਸ਼ਾ ਨਹੀਂ ਹੈ, ਪੇਸ਼ਾ ਮੇਰਾ ਫਿਲਮ ਨਹੀਂ ਤਾਂ। ਮੈਂ ਪਿਛਲੇ 35 ਸਾਲ ਤੋਂ ਇਸ ਇੰਡਸਟਰੀ 'ਚ ਕੰਮ ਕਰ ਰਿਹਾ, ਔਰ ਬਹੁਤ ਸਾਰਾ ਅਸੀਂ ਇੰਟਰਟੇਨਮੈਂਟ ਇੰਡਸਟਰੀ ਦੇ ਅੰਦਰ ਬਹੁਤ ਬਦਲਾਵ ਲਿਆਏ ਹਾਂ, ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸਾਡੇ ਇੰਡਸਟਰੀ 'ਚ ਲੋਕ ਨੇ ਆਲਰੇਡੀ ਉਹਨਾਂ ਨੂੰ ਪਤਾ ਕਿ ਅਸੀਂ ਕੀ ਬਦਲਾਵ ਲਿਆਏ ਹਾਂ। ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਅਸੀਂ ਹਮੇਸ਼ਾ ਸਪੋਰਟ ਕਰਦੇ ਆਏ ਹਾਂ। ਦਿੱਲੀ 'ਚ ਰਹਿ ਕੇ, ਮੈਂ ਦਿੱਲੀ ਤੋਂ ਬਿਲੋਂਗ ਕਰਦਾ, ਦਿੱਲੀ ਹੀ ਮੇਰਾ ਜੰਮਪਲ ਹੋਇਆ ਵੇ, ਅਤੇ ਉੱਥੋਂ ਦੀ ਅਸੀਂ ਦਿੱਲੀ 'ਚ ਰਹਿ ਕੇ ਆਪਣੀ ਸਿੱਖੀ ਨੂੰ, ਆਪਣੀ ਪੰਜਾਬੀ ਨੂੰ, ਆਪਣੇ ਵਿਰਸੇ ਨੂੰ ਅਸੀਂ ਉੱਥੋਂ ਦੀ ਸੰਭਾਲ ਰੱਖਿਆ, ਨਾਲੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਸਰੀ ਫਿਲਮ ਮੈਂ ਬਣਾਈ ਸੀ ਮੂਲ ਮੰਤਰ, ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਉੱਤੇ ਸਾਰੀ ਦੁਨੀਆ ਕੁਛ ਨਾ ਕੁਛ ਕਰ ਰਹੀ ਸੀ, ਕੋਈ ਲੰਗਰ ਲਗਾ ਰਹੀ ਸੀ, ਕੋਈ ਕੀਰਤਨ ਦਰਬਾਰ ਕਰ ਰਹੀ, ਕੋਈ ਕਰਤਾਰਪੁਰ ਲਾਂਘੇ 'ਤੇ ਲੱਗੀ ਹੋਈ ਸੀ, ਕੋਈ ਮਤਲਬ ਕਿ ਹਰੇਕ ਬੰਦਾ ਕੁਛ ਨਾ ਕੁਛ ਕਰ ਰਿਹਾ ਸੀ। ਮੈਂ ਕਿਹਾ ਅਗਰ ਮੈਂ ਵੀ ਇੱਦਾਂ ਹੀ ਕੀਤਾ ਤਾਂ ਇਹ ਜੋ ਕਰ ਰਹੇ ਨੇ ਔਰ ਮੈਂ ਜੋ ਕੁਛ ਕਰ ਸਕਦਾ, ਜੋ ਮੈਨੂੰ ਕੁਦਰਤ ਨੇ ਨੌਲੇਜ ਦਿੱਤੀ ਹੈ ਅਤੇ ਮੇਰੀ ਜ਼ਿੰਦਗੀ ਦਾ ਜੋ ਐਕਸਪੀਰੀਅੰਸ ਹੈ ਉਹਦੇ ਨਾਲ, ਮੈਂ ਕਿਹਾ ਕੁਛ ਤਾਂ ਵੱਖਰਾ ਕਰਾਂ। ਮੈਂ ਮਾਲਕ ਅੱਗੇ ਅਰਦਾਸ ਕੀਤੀ, ਉਸ ਮਾਲਕ ਨੇ ਇਹੀ ਅਰਦਾਸ ਕੀਤੀ ਮੈਨੂੰ ਕੁਛ ਵੱਖਰਾ ਕਰਨ ਦਾ ਬਲ ਬਖਸ਼ੋ,
ਉਹਨਾਂ ਨੇ ਮੇਰੇ ਕੁਦਰਤ ਵੱਲੋਂ ਹੁੰਦਾ ਜੋ ਕੁਛ ਹੁੰਦਾ, ਅਸੀਂ ਸੋਚਿਆ ਵੀ ਮੈਂ ਕੀਤਾ, ਮੈਂ ਕੁਛ ਨਹੀਂ ਕੀਤਾ, ਔਰ ਕੁਦਰਤ ਨੇ ਕੀ ਕੀਤਾ, ਮੈਨੂੰ ਇੰਟੀਮੇਸ਼ਨ ਦੇਣੇ ਸ਼ੁਰੂ ਕਰਤੇ ਮੇਰੇ ਵਟਸਐਪ ਦੇ ਉੱਤੇ, ਕੀ ਆਉਣੇ ਸ਼ੁਰੂ ਹੋਏ, ਮੂਲ ਮੰਤਰ ਮੂਲ ਮੰਤਰ ਮੂਲ ਮੰਤਰ। ਇਹ ਕੁਦਰਤ ਨੇ ਮੈਨੂੰ 2012 ਦੇ ਅੰਦਰ ਪਹਿਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸ਼ੋਰਟ ਟਰਮ ਕੋਰਸ ਕਰਵਾ ਦਿੱਤਾ ਸੀਗਾ, ਉਹ ਪਹਿਲੇ ਮੈਨੂੰ ਪ੍ਰਪੇਅਰ ਕੀਤਾ ਉਹਨਾਂ ਨੇ, ਅਤੇ 2019 ਦੇ ਅੰਦਰ ਮੂਲ ਮੰਤਰ ਫਿਲਮ ਲੈ ਕੇ ਆਏ ਸੀ, ਜਿਹ 'ਚ ਹੋਬੀ ਧਾਲੀਵਾਲ, ਮਲਕੀਤ ਰੋਣੀ, ਦੀਪਕ ਰਾਜਾ, ਹੋਰ ਬੜੇ ਸਾਰੇ ਆਰਟਿਸਟ ਨੇ ਉਸ 'ਚ ਕੰਮ ਕੀਤਾ। ਉਹ 'ਚ ਦੱਸਿਆ ਕਿ ਮੂਲ ਮੰਤਰ ਕੀ ਹੈ, ਮੂਲ ਮੰਤਰ ਕਿੱਥੋਂ ਤੱਕ ਹੈ, ਮੂਲ ਮੰਤਰ ਪੜ੍ਹਨਾ ਕੀ ਹੁੰਦਾ, ਜਿਸ ਜਗ੍ਹਾ ਦੇ ਉੱਤੇ ਮੂਲ ਮੰਤਰ ਪੜ੍ਹਿਆ ਜਾਵੇ ਉਹ ਤੁਹਾਨੂੰ ਐਨਰਜੀ ਲੈਵਲ ਕੀ ਹੁੰਦਾ ਹੈ। ਇਹ ਤੁਸੀਂ ਫਿਲਮ ਦੇਖ ਸਕਦੇ ਹੈਗੇ ਹੋ, ਇਹ ਮੇਰੀਆਂ ਫਿਲਮਾਂ ਜਿੰਨੀਆਂ ਵੀ ਹੈਗੀਆਂ ਚੌਪਾਲ ਦੇ ਉੱਤੇ ਆਲਰੇਡੀ ਹੈਗੀਆਂ ਨੇ। ਫਿਰ ਉਸ ਤੋਂ ਬਾਅਦ ਫਿਲਮ ਬਣਾਈ ਮੈਂ ਜਿੰਦਰਾ, ਜਿੰਦਰਾ 'ਚ ਵੀ ਮੈਂ ਮੈਸੇਜ ਦਿੱਤਾ, ਸਭ ਤੋਂ ਵੱਖਰਾ ਮੈਸੇਜ ਸੀਗਾ ਕਿ ਮਾਂ ਬਾਪ ਦੇ ਲਗਾਏ ਹੋਏ ਸੰਸਕਾਰਾਂ ਦੇ ਜਿੰਦਰੇ ਔਲਾਦ ਨੂੰ ਕਦੀ ਵੀ ਨਹੀਂ ਤੋੜਨੇ ਚਾਹੀਦੇ, ਅਗਰ ਉਹ ਤੋੜਨਗੇ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਏਗਾ। ਕਿਸ ਤਰ੍ਹਾਂ ਭੁਗਤਣਾ ਪਏਗਾ ਉਸ ਫਿਲਮ 'ਚ ਦਿਖਾਇਆ। ਫਿਰ ਉਸ ਤੋਂ ਬਾਅਦ ਫਿਲਮ ਬਣਾਈ ਕਿਸਾਨੀ ਮੁੱਦੇ ਦੇ ਉੱਤੇ, ਇੰਟਰਨੈਸ਼ਨਲ ਮੁੱਦਾ ਸੀਗਾ, ਦੇਖੋ ਇੰਟਰਨੈਸ਼ਨਲ ਲੈਵਲ 'ਤੇ ਸੀਗਾ ਕਿਸਾਨੀ ਮੁੱਦਾ ਜਿਹੜਾ ਸੀਗਾ, ਕਿਸਾਨੀ ਸੰਘਰਸ਼ ਸੀਗਾ, ਕਿਸੇ ਨੇ ਉੱਤੇ ਫਿਲਮ ਨਹੀਂ ਬਣਾਈ। ਇਹ ਵੀ ਉਸ ਮਾਲਕ ਨੇ ਮੈਨੂੰ ਬਖਸ਼ਿਸ਼ ਕੀਤੀ ਅਤੇ ਫਿਲਮ ਬਣਾਈ ਸੋ ਮਿੱਟੀ ਦੀ। ਅਤੇ ਹੁਣ ਜਿਹੜੀ ਫਿਲਮ ਹੈ ਜੱਟਾ ਡੋਲੀ ਨਾ, ਇਹ ਫਿਲਮ ਲੈ ਕੇ ਆਪ ਜੀ ਦੀ ਕਚਹਿਰੀ 'ਚ ਹਾਜ਼ਰ ਹੈ, ਔਰ ਆਪ ਸਭ ਨੇ ਬਸ ਉਸੇ ਤਰ੍ਹਾਂ ਹੀ ਪਿਆਰ ਦੇਣਾ ਜਿਸ ਤਰ੍ਹਾਂ ਮੇਰੀਆਂ ਪੁਰਾਣੀਆਂ ਫਿਲਮਾਂ ਨੂੰ ਦਿੱਤਾ। ਅਤੇ ਅੱਗੇ ਵੀ ਮੈਂ ਜ਼ਿੰਦਗੀ 'ਚ ਸਿਰਫ ਇਹੀਓ ਕੰਮ ਕਰਨਾ, ਜਿੰਨੀ ਮੇਰੀ ਉਮਰ ਬਚੀ ਹੈ ਮੈਂ ਚਾਹੁੰਦਾ, ਮੇਰੀ 56 ਸਾਲ ਉਮਰ ਹੈ ਨਾ, ਜਿੰਨੀ ਮੇਰੀ ਉਮਰ ਬਚੀ ਹੈ ਤਾਂ ਮੇਰਾ ਸਾਰਾ ਜੀਵਨ ਇਸੇ ਚੀਜ਼ਾਂ 'ਚ ਨਿਕਲੇ, ਲੋਕਾਂ ਨੂੰ ਮੈਸੇਜ ਦੇਣ 'ਚ, ਲੋਕਾਂ ਨੂੰ ਸਮਝਾਉਣ ਦੇ ਵਾਸਤੇ, ਕੁਛ ਨਾ ਕੁਛ ਜੋ ਮੈਨੂੰ ਕੁਦਰਤ ਨੇ ਜਾਂ ਜੋ ਮੇਰਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਉਹਦੇ ਰਾਹੀਂ ਮੈਂ ਲੋਕਾਂ ਨੂੰ ਕੁਛ ਨਾ ਕੁਛ ਗਾਈਡ ਕਰ ਸਕਾਂ। ਮੈਂ ਕਹਿੰਦਾ ਉਹਦੇ ਨਾਲ ਇੱਕ ਵੀ ਇਨਸਾਨ ਦੇ ਅੰਦਰ ਕੋਈ ਬਦਲਾਅ ਆਉਂਦਾ ਹੈ ਤਾਂ ਮੇਰੀ ਜ਼ਿੰਦਗੀ ਜਿਹੜੀ ਉਹ ਸਫਲ ਹੈਗੀ। ਥੈਂਕ ਯੂ ਜੀ।